ਸਸਿਆ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਦਿੱਲੀ ਦੇ ਬਾਰਡਰਾਂ ਤੇ ਜੋ ਅੰਦੋਲਨ ਜਿਹੜਾ ਕਿ ਹੁਣ ਯੱਗ ਦੇ ਵਿੱਚ ਬਦਲ ਗਿਆ ਉਹ ਚੱਲ ਰਿਹਾ ਹੈ ਕੇਂਦਰ ਸਰਕਾਰ ਦੇ ਬੂਹਿਆਂ ਤੇ ਕੁੰਡਾ ਖੜਕਾਉਣ ਲਈ ਅੰਦੋਲਨਕਾਰੀ ਅੰਨਦਾਤੇ ਪਹੁੰਚ ਚੁੱਕੇ ਨੇ ਪਰ ਕੇਂਦਰ ਸਰਕਾਰ ਦਾ ਜਿਹੜਾ ਤਾਨਾਸ਼ਾਹੀ ਰਵੱਈਆ ਟਾਲ ਮਟੋਲ ਕਰਨ ਦਾ ਜਾਂ ਅੜੀਅਲ ਰਹਿਣ ਦਾ ਉਹ ਬਹੁਤ ਸ਼ਰਮਨਾਕ ਹੈ ਦੋਸਤੋ ਕਿਉਂਕਿ ਸੰਘਰਸ਼ ਬਿਲਕੁਲ ਗੈਰ ਰਾਜਨੀਤਿਕ ਹੈ ਔਰ ਅਸੀਂ ਇਹਦਾ ਸਮਰਥਨ ਵੀ ਕਰਦੇ ਹਾਂ ਕੋਈ ਵੀ ਪੋਲੀਟੀਕਲ ਪਾਰਟੀ ਦਾ ਕੋਈ ਐਮ ਪੀ ਐਮ ਐਲ ਏ ਜਾਂ ਕੋਈ ਅਹੁਦੇਦਾਰ ਜਿਹੜਾ ਉਹ ਉੱਥੇ ਜਿਹੜਾ ਨਹੀਂ ਜਾਂਦਾ ਕਿਉਂਕਿ ਜਥੇਬੰਦੀਆਂ ਨੇ ਕਿਹਾ ਹੋਇਆ ਕਿ ਤੁਸੀਂ ਜਿਹੜੇ ਵੀ ਫਰੰਟ ਤੋਂ ਤੁਸੀਂ ਯੋਗਦਾਨ ਪਾ ਸਕਦੇ ਹੋ ਬਾਹਰ ਰਹਿ ਕੇ ਤੁਸੀਂ ਪਾਓ ਸੋ ਦੋਸਤੋ ਹਰ ਫੌਜੀ ਨੂੰ ਬੰਦੂਕ ਨਹੀਂ ਮਿਲਦੀ ਹੁੰਦੀ ਉਹਨਾਂ ਲਈ ਨਕਸ਼ੇ ਬਣਾਉਣ ਵਾਲੇ ਵੀ ਉਨੀ ਅਹਿਮ ਹੁੰਦੇ ਨੇ ਉਹਨਾਂ ਲਈ ਦੂਰਬੀਨਾਂ ਲਾ ਕੇ ਟਾਰਗੇਟ ਸੈੱਟ ਕਰਨ ਵਾਲੇ ਵੀ ਉਨੀ ਅਹਿਮ ਹੁੰਦੇ ਨੇ ਉਹਨਾਂ ਲਈ ਗੋਲਾ ਬਰੂਦ ਲੈ ਕੇ ਆਉਣ ਵਾਲੇ ਵੀ ਉਨੀ ਹੁੰਦੇ ਨੇ ਉਹਨਾਂ ਲਈ ਲੰਗਰ ਛਕਾਉਣ ਵਾਲੇ ਵੀ ਉਨੀ ਹੁੰਦੇ ਨੇ ਸੋ ਇਸ ਕਰਕੇ ਇੱਕ ਯੰਗ ਹੈ ਇੱਕ ਯੁੱਧ ਹੈ ਇਹਦੇ ਵਿੱਚ ਜਿਹੜਾ ਵੀ ਜਿੱਥੇ ਯੋਗਦਾਨ ਪੈਂਦਾ ਉਹ ਪਾ ਰਿਹਾ ਹੈ ਭਾਵੇਂ ਕੋਈ ਟਵਿੱਟਰ ਦੇ ਅਕਾਊਂਟ ਬਣਾ ਕੇ ਭਾਵੇਂ ਟਰਾਲੀ ਟਾਈਮਸ ਵਰਗੇ ਅਖਬਾਰ ਜਿਹੜੇ ਨੇ ਉਹ ਉੱਥੇ ਮੁਹੱਈਆ ਕਰਾ ਕੇ ਭਾਵੇਂ ਕੋਈ ਗੀਜ਼ਰ ਮੁਹੱਈਆ ਕਰਾ ਰਿਹਾ ਕਿਸੇ ਨੇ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਨੇ ਕਿਸੇ ਨੇ ਸੋਲਰ ਪੈਨਲ ਮੋਬਾਈਲ ਚਾਰਜ ਕਰਨ ਵਾਸਤੇ ਦਿੱਤਾ ਤੋਂ ਆਪਦਾ ਯੋਗਦਾਨ ਹਰੇਕ ਬੰਦਾ ਪਾ ਰਿਹਾ ਸਾਡੇ ਵੀ ਹਜ਼ਾਰਾਂ ਦੀ ਗਿਣਤੀ 'ਚ ਵਲੰਟੀਅਰ ਜਿਹੜੇ ਨੇ ਉਹ ਬਾਰਡਰਾਂ 'ਤੇ ਬੈਠੇ ਨੇ ਨਾ ਕੋਈ ਕਿਸੇ ਟਰੈਕਟਰ 'ਤੇ ਜਾਂ ਕਿਸੇ ਵੀ ਗੱਡੀ 'ਤੇ ਉਹਨਾਂ ਦਾ ਕੋਈ ਪਾਰਟੀ ਦਾ ਝੰਡਾ ਅਸੀਂ ਕਿਹਾ ਕਿ ਐਮ ਪੀ ਐਮ ਐਲ ਏ ਅਹੁਦੇਦਾਰ ਵਲੰਟੀਅਰ ਬਾਅਦ 'ਚ ਪਹਿਲਾਂ ਕਿਸਾਨ ਆ ਕਿਸਾਨਾਂ ਦੇ ਪੁੱਤ ਭਤੀਜੇ ਦੋਸਤੋ ਸਰਕਾਰ ਨੇ ਬਹੁਤ ਜ਼ੋਰ ਲਾ ਲਿਆ ਉਹਨਾਂ ਨੂੰ ਆਪਸ ਦੇ ਵਿੱਚ ਫੁੱਟ ਪਾਉਣ ਦਾ ਕਦੇ ਕਹਿੰਦੇ ਨੇ ਇਹ ਤਾਂ ਗੁੰਡੇ ਨੇ ਹੁੱਲੜਬਾਜ਼ ਨੇ ਮਾਓਵਾਦੀ ਨੇ ਨਕਸਲਵਾਦੀ ਨੇ ਪਤਾ ਨਹੀਂ ਕੀ ਉਹਨਾਂ 'ਤੇ ਇਲਜ਼ਾਮ ਲਾਏ ਨੇ ਪਰ ਜੋ ਜੋਸ਼ ਦੇ ਨਾਲ ਨਾਲ ਹੋਸ਼ ਕਾਇਮ ਰੱਖਿਆ ਹੋਇਆ ਉਹਦੇ ਲਈ ਵਧਾਈ ਦਿੰਦੇ ਹਾਂ ਅਸੀਂ ਨੈਸ਼ਨਲ ਮੀਡੀਆ 'ਤੇ ਜਦੋਂ ਵੀ ਮੌਕਾ ਮਿਲਦਾ ਅਸੀਂ ਕਿਸਾਨਾਂ ਦਾ ਜਿਹੜਾ ਪੱਖ ਰੱਖਦੇ ਹਾਂ ਉੱਥੇ ਤਾਂ ਕਿ ਇਹ ਜਿਹੜਾ ਸੰਘਰਸ਼ ਹੈ ਇਹਨੂੰ ਹਰ ਪਾਸੇ ਤੋਂ ਕੋਈ ਮੋਰਚਾ ਵਿਹਲਾ ਨਾ ਆਪਾਂ ਛੱਡੀਏ ਪਿਛਲੇ 4 ਮਹੀਨਿਆਂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਉਦੋਂ ਵੀ ਅਸੀਂ ਤਾਂ ਨਾਲ ਹਾਂ ਅੱਜ ਵੀ ਨਾਲ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ਸਰਕਾਰ ਜਿਹੜੀ ਆ ਨੌਨ ਪੋਲੀਟੀਕਲ ਗੈਰ ਰਾਜਨੀਤਿਕ ਰਹਿ ਕੇ ਸਾਡੇ ਜਿਹੜੇ ਐਮ ਐਲ ਏ ਨੇ ਦਿੱਲੀ ਦੇ ਜਾਂ ਮੰਤਰੀ ਨੇ ਉਹ ਬਾਰਡਰਾਂ ਦੇ ਉੱਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਨੇ ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਉੱਥੇ ਪਹੁੰਚਾਉਂਦੇ ਨੇ ਕਿਉਂਕਿ ਵੈਸੇ ਤਾਂ ਇੰਨਾ ਲੰਮਾ ਚੱਲਣਾ ਨਹੀਂ ਚਾਹੀਦਾ ਸੀ ਜੇ ਸਰਕਾਰ ਜਿਹੜੀ ਹੈ ਉਹ ਥੋੜ੍ਹਾ ਬਹੁਤ ਵੀ ਮਤਲਬ ਨਰਮ ਦਿਲੀ ਦਿਖਾਉਂਦੀ ਜਾਂ ਦਰਿਆ ਦਿਲੀ ਦਿਖਾਉਂਦੀ ਇੱਕ ਆੜਤੀ ਜਿਹੜੇ ਕਿਉਂਕਿ ਹੁਣ ਆੜਤੀ ਵੀ ਨਾਲ ਆ ਗਏ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਮੰਡੀ ਖਤਮ ਹੋ ਗਈ ਅਸੀਂ ਵੀ ਪੱਟੇ ਜਾਵਾਂਗੇ ਆੜਤੀ ਵੀ ਪਹੁੰਚ ਚੁੱਕੇ ਨੇ ਇਸ ਸੰਘਰਸ਼ ਦੇ ਦਰਖਤ ਨੂੰ ਹੁਣ ਟਾਣੀਆਂ ਉੱਗ ਪਈਆਂ ਅਲੱਗ ਅਲੱਗ ਵਰਗਾਂ ਦੇ ਲੋਕ ਇਹਦੇ ਵਿੱਚ ਆ ਕੇ ਸ਼ਾਮਿਲ ਹੋ ਗਏ ਤਾਂ ਸਰਕਾਰ ਜਿਹੜੀ ਆੜਤੀਆਂ 'ਤੇ ਇਨਕਮ ਟੈਕਸ ਦੇ ਛਾਪੇ ਮਾਰਨ ਲੱਗ ਗਏ ਉਹਨੂੰ ਡਰਾਉਣ ਲੱਗ ਗਏ ਮਤਲਬ ਕੋਈ ਤਰੀਕਾ ਛੱਡਿਆ ਨਹੀਂ ਸਰਕਾਰ ਨੇ ਕਿ ਇਹ ਸੰਘਰਸ਼ ਨੂੰ ਕਿਵੇਂ ਆਪਾਂ ਤਾਰ ਪੀੜੋ ਕਰੀਏ ਇਹਨੂੰ ਕਮਜ਼ੋਰ ਕਰੀਏ ਮੈਂ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨ ਲੱਗਿਆ ਕਿ ਜਿਹੜਾ ਖੁਦਕੁਸ਼ੀਆਂ ਵਾਲਾ ਜਿਹੜਾ ਪਿਛਲੇ 2-3 ਦਿਨਾਂ ਤੋਂ ਰੁਝਾਨ ਚੱਲਿਆ ਇਹ ਵੀਰੋ ਦੁਖਦਾਇਕ ਹੈ ਦੇਖੋ ਜਦੋਂ ਆਪਾਂ ਜੰਗ ਜਮ੍ਹਾਂ ਜਿੱਤੀ ਬੈਠੇ ਹਾਂ ਜਮ੍ਹਾਂ ਬਸ ਜਿੱਤ ਦੇ ਕਿਨਾਰੇ 'ਤੇ ਬੈਠੇ ਹਾਂ ਉੱਥੇ ਖੁਦਕੁਸ਼ੀ ਕਰਨ ਨਾਲ ਨਾ ਸਿਰਫ ਤੁਹਾਡੇ ਪਰਿਵਾਰ ਨੂੰ ਸਾਰੀ ਉਮਰ ਦਾ ਦੁੱਖ ਹੋਊਗਾ ਕਈ ਪੀੜ੍ਹੀਆਂ ਤੱਕ ਦੁੱਖ ਜਿਹੜਾ ਉਹ ਜਾਣਾ ਨਹੀਂ ਜ਼ਖਮ ਭਰਨੇ ਨਹੀਂ ਉੱਥੇ ਸੰਘਰਸ਼ ਕਰ ਰਹੇ ਤੁਹਾਡੇ ਨਾਲ ਦੇ ਸਾਥੀਆਂ ਦਾ ਵੀ ਥੋੜ੍ਹਾ ਜਿਹਾ ਮੋਰਾਲ ਜਿਹੜਾ ਡਾਊਨ ਹੁੰਦਾ ਆਪਾਂ ਜਿੱਤੀ ਬੈਠੇ ਹਾਂ ਹੁਣ ਆਪਾਂ ਨੂੰ ਖੁਦਕੁਸ਼ੀਆਂ ਕਰਨ ਦੀ ਲੋੜ ਨਹੀਂ ਹੁਣ ਆਪਾਂ ਨੂੰ ਇਸ ਸੰਘਰਸ਼ ਦੇ ਵਿੱਚ ਥੋੜ੍ਹਾ ਜਿਹਾ ਸਬਰ ਰੱਖ ਕੇ ਬਸ ਬੂਹੇ 'ਤੇ ਦਸਤਕ ਦਿੱਤੀ ਪਈ ਹੈ ਜਿੱਤ ਨੇ ਅਤੇ ਜਿੱਤ ਦਾ ਕੁੰਡਾ ਜਿਹੜਾ ਉਹ ਖੋਲ੍ਹਣ ਵਾਲੀ ਹਾਂ ਸੋ ਮੈਂ ਇਹੀ ਇੱਕ ਬੇਨਤੀ ਕਰਦਾ ਕਿ ਹੌਸਲਾ ਰੱਖੋ ਔਰ ਸਾਡੇ ਵੱਲੋਂ ਜਿੰਨਾ ਸਾਨੂੰ ਮਤਲਬ ਸਰਦਾ ਹੈ ਸਾਡੇ ਵੱਲੋਂ ਉਹਨਾਂ ਯੋਗਦਾਨ ਪਾਇਆ ਜਾ ਰਿਹਾ ਪਰ ਮੈਂ ਫਿਰ ਕਹਿੰਦਾ ਕਿਉਂਕਿ ਕਈ ਵੀਰ ਮੈਨੂੰ ਪੁੱਛ ਲੈਂਦੇ ਆ ਮਾਨ ਸਾਹਿਬ ਤੁਸੀਂ ਕਿਹੜੇ ਫਰੰਟ ਤੋਂ ਕੰਮ ਕਰ ਰਹੇ ਹੋ ਮੈਂ ਉਹਨਾਂ ਨੂੰ ਕਹਿੰਦਾ ਕਿ ਕਿਉਂਕਿ ਗੈਰ ਰਾਜਨੀਤਿਕ ਸੰਘਰਸ਼ ਹੈ ਇਸ ਕਰਕੇ ਸ਼ਾਇਦ ਅਸੀਂ ਸਟੇਜ 'ਤੇ ਨਜ਼ਰ ਨਾ ਆਈਏ ਕਿਉਂਕਿ ਜਿੱਥੇ ਸਾਡੀ ਬੋਲਣ ਦੀ ਡਿਊਟੀ ਲੱਗੀ ਹੋਈ ਹੈ ਉੱਥੇ ਅਸੀਂ ਬੋਲਦੇ ਹਾਂ ਪਾਰਲੀਮੈਂਟ ਇਹਨਾਂ ਨੇ ਨਹੀਂ ਚਲਾਈ ਕੋਈ ਗੱਲ ਨਹੀਂ ਜਨਵਰੀ ਦੇ ਵਿੱਚ ਆਊਗਾ ਬਜਟ ਦਾ ਸੈਸ਼ਨ ਉਦੋਂ ਬੋਲਾਂਗੇ ਪੱਖ ਰੱਖਾਂਗੇ ਪਰ ਜਿੱਥੇ ਜਿੱਥੇ ਸਾਡਾ ਚਾਹੇ ਮੀਡੀਆ ਰਾਹੀਂ ਚਾਹੇ ਲੰਗਰ ਲਾ ਕੇ ਚਾਹੇ ਕਿਸੇ ਵੀ ਤਰ੍ਹਾਂ ਨਾਲ ਅਸੀਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਾਂ ਕੁਛ ਮੇਰੇ ਦੋਸਤ ਮਿੱਤਰ ਉਹਨਾਂ ਦੇ ਜਥੇਬੰਦੀਆਂ 'ਚ ਕੰਮ ਕਰਦੇ ਨੇ ਉਹਨਾਂ ਨਾਲ ਇਨ ਟੱਚ ਆ ਹਰ ਘੰਟੇ ਘੰਟੇ 2-2 ਘੰਟੇ ਬਾਅਦ 3-3 ਘੰਟੇ ਬਾਅਦ ਗੱਲ ਕਰਦੇ ਹਾਂ ਕੀ ਚਾਹੀਦਾ ਹੋਰ ਦੱਸੋ ਕੀ ਕਰੀਏ ਸੋ ਸਾਡੇ ਵੱਲੋਂ ਜਿੰਨੀ ਵੀ ਦਿੱਲੀ ਸਰਕਾਰ ਵੱਲੋਂ ਸੇਵਾ ਭਾਵਨਾ ਨਾਲ ਸੇਵਾਦਾਰ ਬਣ ਕੇ ਜਿਹੜੀ ਸੇਵਾ ਹੋਈ ਅਸੀਂ ਉਹ ਕਰਦੇ ਰਵਾਂਗੇ ਬਾਕੀ ਮੈਨੂੰ ਉਮੀਦ ਹੈ
कि केंद्र सरकार दी जड़ां जिहड़ियां हिलियां पईयां ने ते ओह हुण बहाने बहाने जे ला के कुछ ना कुछ करना चाहुंदे ने, पर जोश ते होश दोनों कायम ने। इस गल लई बहुत बहुत तुहानू सारयां नू मैं मुबारकबाद दिंदा ते नाल नाल जिन्हें भी संघर्षी योधे उत्थे बैठे ने, मैं उन्हां दी चाहे मावां ने, भैणां ने, बजुर्ग ने, बच्चे ने, एक भाईचारक सांझ जिहड़ी बनी है पूरी दुनिया दे विच पंजाबियां दी, जो ये शाख जी उची हुई है वो भी थोड़ा बधाई दिना। इस तरह हौसले बना के रखियो, असी जिथे भी हैं साडा दिल साडी आत्मा थोड़े कोल है। असी कदे पंजाब चाहुंदे आ, कदे फिर दिल्ली जाने, कदे NDTV ते कदे होर मीडिया चैनलों ते बह के असी किसान दा पक्ष रखदे आ कि हर पासे मारू कानून ने। मैं आने वाले एक दो दिन दे विच, क्योंकि मैं उस कमेटी का मैंबर हाँ जिदे FCI भी हैगी है, मैं आने वाले एक दो दिन तुहानू हैरानीजनक करने वाले खुलासे मैं उन्होंने तो मंगवाए ने, शायद अज कल मैं मिल जाएंगे। मैं तुहानू दसूंगा कि किस तरह ये कानून का अगे अपने ते असर पाऊगा। बहुत बहुत धन्यवाद, लगे रहो, जितांगे लड़ांगे, जितांगे लड़ांगे।